ਸਰ ਮੈਟਰ ਤਾਂ ਇਹ ਹੈ ਕਿ ਇਹਦਾ ਪਤਾ ਹੀ ਨਹੀਂ ਲੱਗਿਆ, ਅੱਗ ਤਾਂ ਇੱਕਦਮ ਹੌਲੀ ਹੌਲੀ ਝੁਲਸਦੀ, ਪਹਿਲਾਂ ਕੁਛ ਵੀ ਨਹੀਂ ਸੀਗਾ, ਇੱਕਦਮ ਭੜਕ ਗਈ ਅੱਗ। ਇਹ ਉਰੇ ਫਰੇਮ ਵਾਲੀ ਦੁਕਾਨ ਹੈ, ਆਪਣੀ ਫਰੇਮ ਲਾਉਂਦੇ ਨੇ ਇਹ, ਉਹ ਹੁੰਦਾ ਪਲਾਸਟਿਕ ਹੈ ਜਾਂ ਉਹਦੇ ਨਾਲ ਕੋਈ ਗਰਮੀ ਨਾਲ ਅੱਗ ਲੱਗ ਗਈ ਅੰਦਰ ਜਾਂ ਕਿਵੇਂ ਲੱਗੀ ਕੁਛ ਨਹੀਂ ਪਤਾ ਲੱਗਿਆ, ਜਾਂ ਸ਼ੋਰਟ ਸਰਕਟ ਹੋਇਆ ਜਾਂ ਕੀ ਹੋਇਆ, ਇਹਦਾ ਕੋਈ ਗਿਆਨ ਨੀਗਾ, ਇਹ ਤਾਂ ਹੁਣ ਬਾਅਦ 'ਚ ਹੀ ਪਤਾ ਲੱਗੂਗਾ। ਤਿੰਨ ਦੁਕਾਨਾਂ ਨੂੰ ਹੈ ਜੀ, ਇੱਕ ਚਾਵਲਾ ਵਾਲੇ ਨੇ, ਇੱਕ ਆਈ ਕੇ ਕਲੈਕਸ਼ਨ ਵਾਲੇ ਨੇ, ਇੱਕ ਉਹਦੇ ਨਾਲ 4U ਵਾਲੇ ਨੇ, ਤਿੰਨ ਦੁਕਾਨਾਂ ਨੂੰ ਅੱਗ ਹੈ ਜੀ। ਉਸ ਤੋਂ ਇਲਾਵਾ ਪਿੱਛੇ ਰਿਹਾਇਸ਼ੀ ਇਲਾਕੇ ਤਾਂ ਕੋਈ ਨਹੀਂ? ਰਿਹਾਇਸ਼ੀ ਨਾਲ ਗੁਰਦੁਆਰਾ ਸਾਹਿਬ ਹੈ ਜੀ, ਉਹਦੇ ਸਿਲੰਡਰ ਵਗੈਰਾ ਚੁਕਾਤੇ ਸਾਰੇ ਕਿ ਕੋਈ ਉੱਧਰ ਨੁਕਸਾਨ ਨਾ ਵਧੇ, ਪਰ ਅੱਗ ਬਹੁਤ ਜ਼ਿਆਦਾ, ਕਿਸੇ ਪਾਸੇ ਕੰਟਰੋਲ ਨਹੀਂ ਹੋ ਰਹੀ, ਫਾਇਰ ਵਾਲੇ ਲੱਗੇ ਹੋਏ ਨੇ ਪੂਰਾ ਜ਼ੋਰ ਆਪਣਾ ਲਾਉਣ, ਪਰ ਹਲੇ ਅੱਗ ਵੱਧ ਹੀ ਰਹੀ ਹੈ, ਘੱਟ ਨਹੀਂ ਰਹੀ। ਨੁਕਸਾਨ ਤਾਂ ਹੁਣ ਬਾਅਦ 'ਚੋਂ ਅਗਲਾ ਦੁਕਾਨਦਾਰ ਦੱਸੂਗਾ ਜੀ ਨੁਕਸਾਨ ਕਿੰਨਾ ਕੁ ਹੋਇਆ, ਨੁਕਸਾਨ ਤਾਂ ਹੈਗਾ ਹੀ ਆ ਹੁਣ, ਜਾਂ ਅੱਗੇ ਇੰਨੀ ਜ਼ਿਆਦਾ ਨੁਕਸਾਨ ਤਾਂ ਬਹੁਤ ਜ਼ਿਆਦਾ, ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਹਲੇ ਉਹਦਾ ਬਚਾਅ ਹੈ। 4-5 ਗੱਡੀਆਂ ਵਾਲੇ ਆ ਗਈਆਂ, ਹੋਰ ਗੋਬਿੰਦਗੜ੍ਹੋਂ ਵੀ ਕਾਲ ਕੀਤੀ, ਉਹਨਾਂ ਦੀ ਗੱਡੀ ਵੀ ਆ ਗਈ, ਸਰਹੰਦ ਤੋਂ ਵੀ ਕਾਲ ਕਰਤੀ, ਮਲੋਹ ਤੋਂ ਵੀ ਕਾਲ ਕਰਤੀ, ਸਮਰਾਲੇ ਤੋਂ ਵੀ ਕਾਲ ਕਰਤੀ, ਬੋਮੀ ਜੀ ਆਏ ਹੋਏ ਨੇ ਪੁਰਾਣੇ ਆਪਣੇ ਐਕਸ ਫਾਇਰ ਵਾਲੇ, ਉਹਨਾਂ ਨੇ ਸਾਰੇ ਕਿਤੇ ਕਾਲ ਵੀ ਕਰਤੀ, ਆਪ ਵੀ ਲੱਗੇ ਹੋਏ ਨੇ। ਇਹ ਜੀ ਖੰਨਾ ਪ੍ਰਸ਼ਾਸਨ ਦਾ ਫੇਲੀਅਰ ਹੈ, 33 ਦੇ 33 MC ਨੇ ਜਿਹੜੇ ਇਸ ਗੱਲ ਪਿੱਛੇ ਜ਼ਿੰਮੇਵਾਰ ਨੇ, ਕਿਉਂਕਿ ਫਾਇਰ ਬ੍ਰਿਗੇਡ ਦੀ ਅਪਗ੍ਰੇਡੇਸ਼ਨ ਕਮੇਟੀ ਨੇ ਕਰਨੀ ਹੈ, ਕਮੇਟੀ ਕਰੋੜਾਂਪਤੀ ਹੈ, ਇਹ ਪਾਣੀ ਨਾਲ ਬੁੱਝਣ ਵਾਲੀ ਅੱਗ ਨਹੀਂ ਸੀਗੀ, ਇੱਥੇ ਕਾਰਬਨ ਡਾਈਆਕਸਾਈਡ ਦੀ ਝੱਗ ਚਾਹੀਦੀ ਸੀ ਜਿਹੜੀ ਇਹ ਅੱਗ ਨੂੰ 5 ਮਿੰਟਾਂ 'ਚ ਕਾਬੂ ਪਾ ਸਕਦੀ ਸੀ, ਹੁਣ ਤੱਕ 1.25 ਘੰਟਾ ਹੋ ਚੁੱਕਿਆ। ਜੇ ਇਹ ਅੱਗ ਕਿਸੇ ਰੈਜੀਡੈਂਸ਼ੀਅਲ ਏਰੀਏ 'ਚ ਲੱਗ ਜਾਂਦੀ ਤਾਂ ਜਾਨ ਮਾਲ ਦਾ ਜ਼ਿੰਮੇਵਾਰ ਕੌਣ ਹੁੰਦਾ, ਇਹ ਪ੍ਰਸ਼ਾਸਨ ਨੂੰ ਪੁੱਛਣਾ ਜ਼ਰੂਰੀ ਹੈ। ਅਤੇ ਕਮਰਸ਼ੀਅਲ ਬਿਲਡਿੰਗਸ ਇੰਨੀਆਂ ਨੇ ਬਣੀਆਂ ਹੋਈਆਂ, ਉੱਚੀ ਉੱਚੀਆਂ ਬਣੀਆਂ ਗਈਆਂ, ਉੱਥੇ ਫਾਇਰ ਐਗਜੀਕਿਊਸ਼ਨ ਦਾ ਕੋਈ? ਇਹ ਸਾਰੀਆਂ ਇਲੀਗਲ ਨੇ ਜੀ, ਇਹ ਰੈਜੀਡੈਂਸ਼ੀਅਲ ਏਰੀਆ, ਇਹਨਾਂ ਦੇ ਨਕਸ਼ੇ ਚੈੱਕ ਕੀਤੇ ਜਾਣ, ਇਹਨਾਂ ਦਾ ਜੋ ਕਮੇਟੀ 'ਚ ਰਿਕਾਰਡ ਆ ਉਹ ਚੈੱਕ ਕੀਤਾ ਜਾਵੇ। ਇਹ ਸਾਰੀਆਂ ਇਲੀਗਲ ਨੇ, ਇਹ ਆਪਣੇ ਫਾਇਦੇ ਲਈ ਬਣਾਈਆਂ ਗਈਆਂ ਨੇ, ਔਰ ਇਹ ਪੋਲੀਟੀਸ਼ੀਅਨਸ ਨਾਲ ਮਿਲੀ ਭੁਗਤ ਨਾਲ ਬਣੀਆਂ ਹੋਈਆਂ ਨੇ। ਅੱਜ ਤੱਕ ਤੁਹਾਨੂੰ ਯਾਦ ਹੈ ਕੋਈ ਕਿਸੇ ਵੀ ਬਿਲਡਿੰਗ 'ਤੇ ਕਾਰਵਾਈ ਹੋਈ ਹੋਵੇ ਫਾਇਰ ਐਗਜੀਕਿਊਸ਼ਨ? ਨਹੀਂ ਜੀ, ਨਾ। RTI ਪਾ ਲਓ, ਸਵਾਲ ਪੁੱਛ ਲਓ, ਉਹਨਾਂ ਕੋਲ ਗੋਲ ਮੋਲ ਕਰਨ ਦੇ ਜਵਾਬ ਬਹੁਤ ਨੇ, ਪਰ ਇਹ ਸੱਚਾਈ ਹੈ ਵੀ ਜੇ ਇਹ ਹਾਦਸਾ ਕਿਸੇ ਰਿਹਾਇਸ਼ੀ ਇਲਾਕੇ ਦੇ ਵਿੱਚ ਹੋ ਜਾਂਦਾ, ਉਹ ਜਾਨ ਮਾਲ ਦਾ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਜਾਣੀਆਂ ਸੀ। ਜਿਵੇਂ ਮੈਂ ਸਰਾਂ 'ਚ ਰਹਿੰਦਾ, ਤੰਗ ਗਲੀਆਂ ਨੇ, ਉੱਥੇ ਨਜਾਇਜ਼ ਕਬਜ਼ੇ ਨੇ, ਉੱਥੇ ਵੜਿਆ ਨਹੀਂ ਜਾ ਸਕਦਾ ਹੈਗਾ, ਉੱਥੇ ਕੀ ਕਰਦੇ? ਅਤੇ ਜਿਵੇਂ ਹੁਣ ਫਾਇਰ ਅਫਸਰ ਵੀ ਕਹਿੰਦੇ ਵੀ ਉਹ ਪਰਮਾਨੈਂਟ ਨਹੀਂ ਹੁੰਦੇ ਡਿਊਟੀ 'ਤੇ, ਕਈ ਵਾਰੀ ਦੇਖਣ ਨੂੰ ਮਿਲੇ ਜਗ੍ਹਾ ਪੋਸਟ ਖਾਲੀ ਹੋ ਜਾਂਦੀ ਹੈ। ਇਹ ਕਮੇਟੀ ਨੂੰ ਅਤੇ ਕਮੇਟੀ ਦੇ ਪ੍ਰਧਾਨ ਨੂੰ ਪੁੱਛਣਾ ਚਾਹੀਦਾ, MLA ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਇਹ ਕਿਉਂ ਇੱਦਾਂ ਦੀਆਂ ਇਹ ਕਹਾਣੀਆਂ ਪਾ ਰਹੇ ਨੇ। ਜੇ ਸ਼ਹਿਰ ਦੀ 3 ਚੀਜ਼ਾਂ 'ਤੇ ਸ਼ਹਿਰ ਚੱਲਦਾ ਹੁੰਦਾ, ਸਿੱਖਿਆ, ਸੁਰੱਖਿਆ ਅਤੇ ਸਿਹਤ। ਇਹ ਸੁਰੱਖਿਆ ਦਾ ਤੁਸੀਂ ਹਾਲ ਦੇਖ ਸਕਦੇ ਹੋ ਇਸ ਵਕਤ, ਵੀ ਸੁਰੱਖਿਆ ਦਾ ਹਾਲ ਇਹ ਹੈ ਵੀ ਪਿਛਲੇ 1.25 ਘੰਟੇ ਤੋਂ 1.5 ਘੰਟੇ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ, ਇੱਕ ਇਹਨਾਂ ਤੋਂ ਅੱਗ ਨਹੀਂ ਬੁਝਾਈ ਜਾ ਰਹੀ। ਕਿੱਥੇ ਦਿੱਤੀਆਂ ਜਾ ਰਹੀਆਂ ਨੇ? ਤੁਹਾਡੇ ਸਾਹਮਣੇ, ਤੁਸੀਂ ਵੀ ਇੱਥੇ ਮੌਜੂਦ ਹੋ, ਮੈਂ ਵੀ ਇੱਥੇ ਮੌਜੂਦ ਹਾਂ, ਠੀਕ ਹੈ। CM ਸਾਹਿਬ ਆ ਕੇ ਦੇਖ ਲੈਣ ਇੱਥੇ, MLA ਸਾਹਿਬ ਆ ਕੇ, MLA ਸਾਹਿਬ ਇੱਥੇ ਖੜੇ ਨੇ, ਉਹਨਾਂ ਦੀ ਬੈਠ ਲੈ ਲਓ, ਉਹਨਾਂ ਨੂੰ ਪੁੱਛ ਲਓ ਵੀ ਇਹ ਘਟਨਾ ਦਾ ਕਾਰਨ ਕੀ ਹੈ, ਇਹਨਾਂ ਨੂੰ NOC ਕਿਹਨਾਂ ਨੇ ਦਿੱਤੀ ਹੈ? ਜਦੋਂ ਇੱਥੇ ਜਵਾਲਨਸ਼ੀਲ ਸਮਾਨ ਪਿਆ ਤਾਂ ਇਹਨਾਂ ਕੋਲ ਫਾਇਰ ਬ੍ਰਿਗੇਡ ਦੀ NOC ਤਾਂ ਹੋਣੀ ਚਾਹੀਦੀ ਹੈ, ਉਹ ਕੱਲ੍ਹ ਨੂੰ ਚੈੱਕ ਕਰ ਲੈਣ, ਜੇ ਨਿਕਲਿਆ ਹੀ ਤਾਂ ਮੈਂ ਜ਼ਿੰਮੇਵਾਰ ਹਾਂ। ਸਾਡੇ ਖੰਨੇ ਲਈ ਬੜਾ ਅੱਜ ਥੋੜ੍ਹਾ ਜਿਹਾ ਦੁੱਖ ਦਾ ਇਹ ਸਮਾਂ ਜੀ ਕਿ ਖੰਨੇ ਦਾ ਜੋ ਮੇਨ ਕਿਤਾਬਾਂ ਵਾਲਾ ਬਾਜ਼ਾਰ ਹੈ, ਜਿਹਨੂੰ ਬੁੱਕਸ ਮਾਰਕੀਟ ਕਹਿੰਦੇ ਹਾਂ, ਉਹਦੇ ਬਿਲਕੁਲ ਜਦ ਆਪਾਂ ਐਨ ਟੱਕਰ ਜਾਂਦੇ ਹਾਂ ਨੈਸ਼ਨਲ ਜੰਜ ਘਰ ਕੋਲ ਜਿੱਥੇ ਟੀ ਪੁਆਇੰਟ ਬਣਦਾ, ਉੱਥੇ 2 ਦੁਕਾਨਾਂ ਸੀ। ਇੱਕ ਤਾਂ ਜਿਹੜਾ ਗਲਾਸ ਦਾ ਕੰਮ, ਜਿਹੜਾ ਫੋਟੋ ਫਰੇਮਸ ਦਾ, ਫੋਟੋਆਂ ਦਾ ਕੰਮ ਕਰਦੇ ਹਾਂ, ਉਹਨਾਂ ਦੀ ਦੁਕਾਨ ਸੀ। ਇੱਕ ਨਾਲ IK ਕਲੈਕਸ਼ਨ ਕਰਕੇ ਇੱਕ ਦੁਕਾਨ ਆ, ਉਹਨਾਂ ਦਾ ਰੈਡੀਮੇਡ ਕੱਪੜੇ ਦਾ ਕੰਮ ਸੀ। ਉੱਥੇ ਅੱਜ ਸ਼ਾਮ ਨੂੰ, ਹਜੇ ਕਾਰਨ ਤਾਂ ਬਾਅਦ 'ਚੋਂ ਪਤਾ ਲੱਗਣਗੇ ਕਿਸ ਕਾਰਨ ਵਰਸ਼ ਅੱਗ ਲੱਗੀ, ਪਰ ਉੱਥੇ ਅੱਜ ਬੜੀ ਭਿਅੰਕਰ ਅੱਗ ਲੱਗ ਗਈ ਸੀ, ਔਰ ਇਹ ਤਕਰੀਬਨ 10-10:30 ਵਜੇ ਦੇ ਕਰੀਬ ਦੀ ਗੱਲ ਹੈ।
ਅਤੇ ਜਿਵੇਂ ਹੀ ਇਹ ਗੱਲ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਆਈ, ਪ੍ਰਸ਼ਾਸਨ ਵੀ ਔਨ ਟੋਜ਼ ਹੋ ਗਿਆ। ਮੈਨੂੰ ਬਾਜ਼ਾਰ ਦੇ ਵਿੱਚੋਂ ਜਿਹੜੇ ਪਤਵੰਤ ਸੱਜਣਾ ਦੀ ਕਾਲ ਆਈ ਸੀ ਕਿ MLA ਸਾਹਿਬ ਇੱਦਾਂ ਕਰਕੇ ਉਰੇ ਅੱਗ ਲੱਗ ਗਈ, ਅਤੇ ਮੈਂ ਇਮੀਡੀਏਟਲੀ ਆਪਣੀ ਟੀਮ ਨਾਲ ਉਰੇ ਪਹੁੰਚਿਆ ਔਰ ਅਸੀਂ SDM ਖੰਨਾ ਦੇ ਨਾਲ ਗੱਲ ਕਰਕੇ ਜਿੱਥੇ ਖੰਨੇ ਤੋਂ ਫਾਇਰ ਬ੍ਰਿਗੇਡਸ ਬੁਲਾਈਆਂ ਉੱਥੇ ਨਾਲ ਦੇ ਜਿਹੜੇ ਲੱਗਦੀਆਂ ਸਾਡੀਆਂ ਨਗਰ ਕੌਂਸਲਾਂ ਨੇ, ਚਾਹੇ ਉਹ ਮੰਡੀ ਗੋਬਿੰਦਗੜ੍ਹ ਦੀ ਹੋਵੇ ਚਾਹੇ ਸਮਰਾਲੇ ਦੀ ਹੋਵੇ, ਉੱਥੋਂ ਵੀ ਅਸੀਂ ਫਾਇਰ ਬ੍ਰਿਗੇਡਸ ਬੁਲਾਈਆਂ। ਬਲਕਿ ਅਸੀਂ ਇੱਕ ਦੋ ਜਿਹੜੇ ਲੋਕਲ ਇੰਡਸਟਰੀਅਲਿਸਟ ਨੇ ਵੱਡੇ ਉਹਨਾਂ ਨਾਲ ਵੀ ਸੰਪਰਕ ਕੀਤਾ, ਉਹਨਾਂ ਦੀਆਂ ਵੀ ਫਾਇਰ ਬ੍ਰਿਗੇਡਸ ਆ ਰਹੀਆਂ। ਇਹ ਮੰਨਣਾ ਕਿ ਦੇਖੋ ਜੋ ਆਪਾਂ ਇਸ ਸਮੇਂ ਔਨ ਸਪੋਟ ਖੜ੍ਹੇ ਹਾਂ, ਮੌਕੇ 'ਤੇ ਖੜ੍ਹੇ ਹਾਂ, ਇਹ ਜਿੰਨੀ ਜ਼ਿਆਦਾ ਅੱਗ ਸੀ ਤਕਰੀਬਨ ਅਸੀਂ 80% ਇਹਦੇ 'ਤੇ ਕਾਬੂ ਪਾ ਲਿਆ, 20% ਹਲੇ ਵੀ ਆਪਾਂ ਦੇਖ ਰਹੇ ਹਾਂ ਅੱਗ ਸੁਲਗ ਰਹੀ ਹੈ। ਕੋਈ ਮਟੀਰੀਅਲ ਵਿੱਚ ਕੈਮੀਕਲ ਕੁਛ ਇਸ ਤਰ੍ਹਾਂ ਦਾ ਹੈ ਜਿਵੇਂ ਫੋਟੋ ਫਰੇਮਸ ਨੂੰ ਜੋੜਨ ਲਈ ਕੋਈ ਕੈਮੀਕਲ ਉਹੀ ਜਿਹਾ ਜਿਹਦੇ 'ਤੇ ਪਾਣੀ ਥੋੜ੍ਹਾ ਜਿਹਾ ਜਿਵੇਂ ਘੱਟ ਅਸਰ ਕਰ ਰਿਹਾ, ਪਰ ਉਮੀਦ ਹੈ ਕਿ ਬਹੁਤ ਜਲਦੀ ਇਸ ਅੱਗ 'ਤੇ ਆਪਾਂ ਕਾਬੂ ਪਾ ਲਾਂਗੇ, ਬੁਝਾ ਦਾਂਗੇ। ਕੋਈ ਨਹੀਂ ਨਹੀਂ ਬਿਲਕੁਲ ਸਾਰੇ ਸੇਫ। ਐਕਚੁਅਲ 'ਚ ਰਾਤ ਦਾ ਟਾਈਮ ਸੀ, ਸ਼ੋਪਸ ਕਲੋਜ਼ ਸੀਗੀਆਂ, ਅਤੇ 8:30 ਵਜੇ ਸ਼ੋਪਸ ਕਲੋਜ਼ ਕਰਕੇ ਸਾਰੇ ਜਣੇ ਸੇਫਲੀ ਆਪਣੇ ਘਰਾਂ ਨੂੰ ਜਾ ਚੁੱਕੇ ਸੀ। ਇਹ ਤਾਂ ਪਿੱਛੋਂ ਕੋਈ ਪਤਾ ਨਹੀਂ ਇੰਟਰਨਲ ਸ਼ਾਰਟ ਸਰਕਟ ਹੋਇਆ ਜਾਂ ਐਕਸਟਰਨਲ ਹੋਇਆ, ਇਹਦੇ ਕਾਜ਼ ਦਾ ਹੁਣ ਬਾਅਦ 'ਚੋਂ ਜਦੋਂ ਇਹਦੀ ਜਾਂਚ ਹੋਊਗੀ, ਜਾਂਚ ਤੋਂ ਪਤਾ ਲੱਗੂਗਾ ਵੀ ਕਾਰਨ ਕੀ ਹੋਇਆ। ਪਰ ਜਿਹੜੇ ਬੰਦੇ ਉਰੇ ਲੋਕਲਾਈਟਸ ਸੈਰ ਕਰਦੇ ਹੁੰਦੇ ਨੇ, ਉਹ ਸੈਰ ਕਰਨ ਵਾਲਿਆਂ ਨੇ ਦੇਖਿਆ ਕਿ ਅੰਦਰੋਂ ਫਿਊਮਸ, ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ। ਉਹਨਾਂ ਨੇ ਜਦੋਂ ਇਸ ਏਰੀਏ ਦੇ ਵਿੱਚ ਬੰਦੇ ਇਕੱਠੇ ਹੋਏ ਅਤੇ ਇਮੀਡੀਏਟਲੀ ਉਹਨਾਂ ਨੇ ਸਾਨੂੰ ਵੀ ਫੋਨ ਕਰਤਾ ਸੀ, ਪ੍ਰਸ਼ਾਸਨ ਨੂੰ ਵੀ ਕਰਤਾ ਸੀ, ਮੌਕੇ 'ਤੇ ਪਹੁੰਚ ਚੁੱਕੇ ਹਾਂ। ਅਤੇ ਆਪਣੇ ਖੰਨਾ ਦੀ ਕਮੇਟੀ ਏ ਕਲਾਸ ਕਮੇਟੀ ਮੰਨੀ ਜਾਂਦੀ ਹੈ, ਬਟ ਉਹ ਫਾਇਰ ਸੇਫਟੀ ਦੇ ਕੋਈ ਵੀ ਮੈਜਰਮੈਂਟ ਕਿਤੇ ਨਹੀਂ ਚੈੱਕ ਹੁੰਦੇ, ਨਾ ਹੀ ਅਜੇ ਤੱਕ ਦੇਖਿਆ ਕਿਸੇ 'ਤੇ ਕਾਰਵਾਈ ਕੀਤੀ ਗਈ ਹੈ। ਵੈਸੇ ਖੰਨਾ ਦੀ ਫਾਇਰ ਜਿਹੜੀ ਅੱਜ ਟੀਮ ਹੈ ਉਹਦਾ ਜੋ ਮੇਰੀ ਨਿਗਾਹ 'ਚ ਕੰਮ ਆਇਆ, ਕਾਫੀ ਸ਼ਲਾਘਾਯੋਗ ਉਹਨਾਂ ਨੇ ਕੰਮ ਕੀਤਾ। ਹੁਣ ਤੱਕ 8 ਗੱਡੀਆਂ 10 ਵਜੇ ਤੋਂ ਲੈ ਕੇ ਹੁਣ ਆਲਮੋਸਟ ਟਾਈਮ 12 ਵਜੇ ਨੇ, 2 ਘੰਟੇ ਦੇ ਅੰਦਰ ਇਹ ਜਿਹੜੀ ਗੱਡੀ ਆਈ ਸੀ ਇਹ 9ਵੀਂ ਗੱਡੀ ਆਈ ਹੈ ਮਤਲਬ ਪਾਣੀ ਦੀ। ਔਰ ਜਿਹੜੇ ਈਵਨ ਦੈਨ ਕਿ ਖੰਨਾ ਦੇ ਤਾਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਜਿਹੜੇ ਰਿਟਾਇਰ ਤੱਕ ਹੋ ਚੁੱਕੇ ਨੇ, ਜਿਹੜੇ ਸੇਵਾ ਮੁਕਤ ਹੋ ਚੁੱਕੇ ਨੇ, ਜਿਵੇਂ ਹੀ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਉਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਇੰਸੀਡੈਂਸ ਹੋਇਆ, ਉਹ ਵਲੰਟਰਲੀ ਉਲਟਾ ਆਪ ਅੱਗੇ ਆਏ ਨੇ। ਮੈਂ ਤਾਂ ਉਲਟਾ ਇਹ ਮੰਨਦਾ ਵੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੀ ਮੁਸ਼ਤੈਦੀ ਕਾਰਨ, ਉਹਨਾਂ ਦੀ ਅਗਾਂਹ ਵਧੂ, ਜਾਣੀ ਕਿ ਜੋ ਉਹਨਾਂ ਨੇ ਅੱਗੇ ਵੱਧ ਕੇ ਕਦਮ ਚੁੱਕੇ ਆ ਉਹਦੇ ਕਾਰਨ, ਕਿਉਂਕਿ ਇਹ ਸ਼ਹਿਰ ਦੇ ਵਿੱਚੋਂ ਵਿੱਚ ਅੱਗ ਸੀ ਉਹਦੇ 'ਤੇ ਕਾਬੂ ਪਾਇਆ ਗਿਆ, ਕਿਉਂਕਿ ਇਹ ਰਿਹਾਇਸ਼ੀ ਇਲਾਕਾ ਸੀ, ਆਲੇ ਦੁਆਲੇ ਗੁਰੂ ਘਰ ਵੀ ਪੈਂਦਾ, ਪਿੱਛੇ ਰਿਹਾਇਸ਼ ਵੀ ਪੈਂਦਾ। ਸੋ ਇਸ ਕਰਕੇ ਇਸ ਮੌਕੇ ਦੇ ਉੱਤੇ ਕਿਸੇ ਨੂੰ ਕੰਡੈਮ ਕਰਨ ਦੀ ਬਜਾਏ ਅੱਜ ਇਹ ਮੇਰੇ ਹਿਸਾਬ ਨਾਲ ਇੱਕ ਸ਼ਹਿਰ ਦੇ ਉੱਤੇ ਸਾਡੀ ਦੇ ਉੱਤੇ ਇੱਕ ਬਿਪਤਾ ਦਾ ਸਮਾਂ, ਆਪਾਂ ਰਲ ਮਿਲ ਕੇ ਇਹਦੇ ਦਾ ਸਬਸਟੀਟਿਊਟ ਕੱਢਾਂਗੇ। ਹਾਂ, ਜਿਹੜੀ ਗੱਲ ਤੁਸੀਂ ਕਹੀ ਹੈ, ਜੇ ਕੋਈ ਡਿਪਾਰਟਮੈਂਟ ਦੇ ਵਿੱਚ ਕਿਸੇ ਕਿਸਮ ਦੀਆਂ ਊਣਤਾਈਆਂ ਹੈਗੀਆਂ ਵੀ ਨੇ, ਕੋਈ ਮੰਨ ਲਓ ਕੋਈ ਮਸ਼ੀਨਰੀ ਵਾਈਜ਼ ਜਾਂ ਕੋਈ ਹੋਰ ਕਮੀ ਹੈ, ਅਸੀਂ 100% ਉਹਦੇ 'ਤੇ ਵੀ ਕਾਰਵਾਈ ਕਰਾਂਗੇ। ਹਾਂ, ਇਹ ਤਾਂ ਦੇਖੋ ਇਟਸ ਅ ਨੈਚੁਰਲ ਕਲਾਇਮਿਟੀ, ਕਿਤੇ ਵੀ ਬੀਤ ਸਕਦੀ ਹੈ, ਅਤੇ ਉਹਦੇ ਲਈ ਆਪਾਂ ਨੂੰ ਜਾਣੀ ਕਿ ਤਿਆਰੀ ਹੈ ਜਿਹੜੀ ਮੁਸ਼ਤੈਦੀ ਹੈ ਜਿਹੜੀ ਉਹ ਪਹਿਲਾਂ ਰੱਖਣੀ ਚਾਹੀਦੀ ਹੈ। ਅਤੇ ਇਹ ਤਾਂ ਸੀਗੀ ਸਾਡੇ ਕੋਲ ਸਿਸਟਮ ਸੀਗਾ, ਤਾਂ ਇਮੀਡੀਏਟਲੀ ਟੈਂਪਰੇਚਰ ਵੀ ਦੇਖੋ ਤਕਰੀਬਨ 47-48 ਡਿਗਰੀ ਟੈਂਪਰੇਚਰ ਚੱਲ ਰਿਹਾ। ਸਾਰੀਆਂ ਜਿੰਨੀਆਂ ਬਿਜਲੀ ਦੀਆਂ ਤਾਰਾਂ ਨੇ, ਟਰਾਂਸਫਾਰਮਰਸ ਨੇ, ਓਵਰਲੋਡ ਚੱਲਣ ਕਰਕੇ, ਏਸੀ ਚੱਲਣ ਕਰਕੇ ਇੰਨੇ ਜ਼ਿਆਦਾ ਹੀਟ ਹੋਏ ਪਏ ਨੇ, ਐਕਸੈਸ ਤੋਂ ਹੀਟ ਵਧੀ ਪਈ ਹੈ। ਸੋ ਇਹ ਚੀਜ਼ਾਂ ਕੁਛ ਜਿਵੇਂ ਹੁਣ ਇਹ ਦੁਕਾਨ ਸੀ, ਇਹਦੇ ਅੰਦਰ ਵੀ ਫੋਰਨ ਐਗਜ਼ਾਮਪਲ ਜਿਵੇਂ ਆਪਾਂ ਨੂੰ ਪਤਾ ਸੀਗਾ ਕੋਈ ਐਸਾ ਕੈਮੀਕਲ ਹੈ ਜਿਹਦੇ ਨਾਲ ਆਪਾਂ ਉਹ ਜੋੜਦੇ ਹਾਂ ਜਾਂ ਕੁਛ ਵੀ ਅੰਦਰ ਗੱਤਾ, ਕੁਛ ਫਾਇਰ ਇਕੁਇਪਮੈਂਟਸ ਸੇਫਟੀ ਦੇ ਇਹਨਾਂ ਨੂੰ ਵੀ ਪਰਸਨ ਲੈਂਡ 'ਤੇ ਉਰੇ ਆਪਣੇ ਜਿਹੜੇ ਉਹ ਫੋਮਿੰਗ ਇਕੁਇਪਮੈਂਟਸ ਜਾਂ ਕੁਛ ਇਹੀ ਜਿਹੇ ਰੱਖਣੇ ਵੀ ਚਾਹੀਦੇ ਨੇ। ਚਲੋ ਖੈਰ, ਦੇਖੋ ਮੈਂ ਤਾਂ ਫਿਰ ਇੱਕ ਗੱਲ ਕਹਿੰਦਾ, ਇਹ ਸ਼ਹਿਰ 'ਤੇ ਬਿਪਤਾ ਦਾ ਸਮਾਂ, ਬਿਪਤਾ ਦੇ ਸਮੇਂ 'ਚ ਆਪਾਂ
ਸਾਰਿਆਂ ਨੇ ਰਲ ਕੇ ਇਸ ਦੇ ਵਿੱਚ ਇਹਦਾ ਹੱਲ ਕੱਢਣ ਲਈ ਲੱਗਿਆ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।